ਖਾਂਦੀ ਬਹੁਤ ਆ ਨਾ, ਖਾਂਦੀ ਕੀ ਪੀਂਦੀ ਬਹੁਤ ਆ। ਇਹ ਆ ਗਈ ਨੈਸਟੋ ਮਾਰਕੀਟ ਪਾਰਕ ਉਹਦੇ ਵਿੱਚ ਜੀ। ਅੱਜ ਕਾਫੀ ਦਿਨਾਂ ਬਾਅਦ ਕਰਨ ਜਾ ਰਹੇ ਹਾਂ ਬਲੌਗ ਦੀ ਸ਼ੁਰੂਆਤ, ਮੇ ਬੀ ਆਫਟਰ 2 ਵੀਕ। ਅਤੇ ਦੈਨ ਦੀ ਕੀ ਐਕਟੀਵਿਟੀ ਅੱਜ ਅਸ ਰਿਕਾਰਡ ਕਰਦੇ ਹਾਂ, ਦੇਖਦੇ ਹਾਂ ਕੀ ਕਰਦੇ ਅੱਜ, ਫਿਰ ਬਲੌਗ 'ਚ ਪਾਵਾਂਗੇ ਸਰ। ਹੁਣ ਆ ਗਿਆ ਮੈਂ ਆਲਰੇਡੀ ਨਹਾ ਧੋ ਕੇ ਲਿਫਟ ਦੇ ਵਿੱਚ, ਪਾਰਕਿੰਗ 'ਚ ਜਾ ਰਿਹਾ, ਗੱਡੀ ਪਿੱਕ ਕਰੂੰਗਾ। ਅਤੇ ਫਿਲਹਾਲ ਪਲੈਨ ਆ ਜਬਲ ਅਲੀ ਜਾਣ ਦਾ ਸੈਲੂਨ 'ਤੇ। ਹੋਰ ਤਾਂ ਹਜੇ ਕੋਈ ਪਲੈਨ ਨਹੀਂ ਗਾ, ਕਾਫੀ ਦਿਨ ਹੋ ਗਏ ਜਬਲ ਅਲੀ ਗਿਆ ਨਹੀਂ। ਅਤੇ ਦੇਖੀਏ ਮੁੰਡਿਆਂ ਨੂੰ ਸਾਂਭੀਏ ਜਾ ਕੇ ਕੰਮ ਕਰ। ਉਹ ਖੜੀ ਆਪਣੀ ਰਾਣੀ ਸੁੰਦਰਾਂ, ਉਦੋਂ ਦੀਆਂ ਪੱਟੀਆਂ ਬਸ ਇੰਨੀ ਘੋਲ ਹੋਈ, ਹਜੇ ਤੱਕ ਪੱਟੀਆਂ ਨਹੀਂ ਲਵਾਈਆਂ। ਮੈਨੂੰ ਪਤਾ ਸੀ ਉਦਣ ਹੀ ਜਦੋਂ ਰਹਿ ਗਈਆਂ ਤਾਂ ਰਹਿ ਗਈਆਂ, ਆਹ ਮਿਡਲ 'ਤੇ 2 ਪੱਟੀਆਂ ਆਉਣੀਆਂ ਅਤੇ ਇੱਥੇ ਵਾਈਟ ਡਿਜ਼ਾਇਨਿੰਗ ਆਉਣੀ ਆ, ਬਸ ਉਦੋਂ ਦੀ ਛੱਡੀ। ਇਹ ਮੈਨੂੰ ਪਤਾ ਹੀ ਸੀ ਵੀ ਐਂ ਜਾਊਗਾ, ਤੁਹਾਨੂੰ ਪਤਾ ਸੀ ਮੈਂ ਤਾਂ ਬਾਈ ਹੈਗੀ ਇੰਨੇ ਘੋਲੀ ਬੰਦੇ, ਟਾਈਮ ਲੱਗ ਹੀ ਜਾਣਾ। ਇੱਕ ਵਾਰੀ ਰਹਿ ਗਿਆ ਕੰਮ ਸਾਡੀ ਵਾਈਟ ਲਵਾਉਣ ਦਾ, ਛੁੱਟੀ ਜਾਣਾ ਵਾ ਤਾਂ ਉਹ ਰਹਿ ਗਿਆ, ਹੁਣ ਮਹੀਨਾ ਹੋ ਗਿਆ ਹਜੇ ਤੱਕ ਨਹੀਂ ਲਵਾਈਆਂ, ਹੁਣ ਜਿੱਦਣ ਟਾਈਮ ਮਿਲੂ। ਬਾਕੀ ਸਾਨੂੰ ਥੋੜ੍ਹਾ ਪਰੇਸ਼ਾਨ ਕੀਤਾ ਘਰ ਦੇ ਬਾਹਰ, ਰੋਡ ਬਣ ਰਿਹਾ ਦਿਖਾਉਣਾ ਦੂਜੇ, ਹੁਣ ਬਿਲਕੁਲ ਬਿਲਡਿੰਗ ਦੇ ਬਾਹਰ ਨਿਊ ਰੋਡ ਬਣ ਰਹੀ ਆ ਅਤੇ ਇਹਨੇ ਸਾਨੂੰ ਕਰਨਾ 6 ਮਹੀਨੇ ਤੰਗ, ਬਹੁਤ ਔਖਾ ਟ੍ਰੈਫਿਕ ਹੋ ਜਾਂਦਾ ਇੱਥੇ ਗੱਡੀਆਂ ਨਿਕਲਣ ਦਾ, ਜਿਵੇਂ ਕਿ ਇੰਨੀ ਕੀ ਸਪੇਸ ਆ ਲੰਘਣ ਦੇ ਲਈ, ਕਦੇ ਮੂਹਰਿਓਂ ਗੱਡੀ ਆ ਜਾਂਦੀ ਆ, ਬੰਦਾ ਦੁਖੀ ਤਾਂ ਹੁੰਦਾ ਹੀ ਆ। ਅਤੇ 6 ਮਹੀਨੇ ਚੱਲਣਾ ਇਹ ਕੰਮ। ਬਾਕੀ ਚੱਲਦੇ ਹੁਣ ਜਬਲ ਅਲੀ, ਠੀਕ ਹੈ। ਕੌਫੀ ਨਹੀਂ ਪੀਤੀ ਸਵੇਰ ਦੀ, ਸਵੇਰ ਦੀ ਕੀ ਯਾਰ ਹੋਣੀ, ਉੱਠਿਆ ਉੱਠ ਕੇ ਨਹਾ ਧੋ ਕੇ ਆਇਆ ਅਤੇ ਜਾਣਾ ਵਾ ਜਬਲ ਅਲੀ, ਦੇਖਦੇ ਹਾਂ ਕੰਮ ਕਾਰ ਬਹੁਤ ਦਿਨ ਹੋ ਗਏ ਅਤੇ ਫਿਰ ਰਿਕਾਰਡ ਕਰਦੇ ਜਾਵਾਂਗੇ। ਫਿਊਲ ਸਟੇਸ਼ਨ 'ਤੇ ਰੁਕ ਰਿਹਾ, ਕੌਫੀ ਪੀਣ ਦਾ ਮਨ ਕਰ ਰਿਹਾ ਯਾਰ, ਸਵੇਰ ਦਾ ਖਾਧਾ ਪੀਤਾ ਨਹੀਂ ਕੁਛ ਅਤੇ ਪਾਰਕ ਕਰਦੇ ਹਾਂ ਗੱਡੀ ਅਤੇ ਪੀਂਦੇ ਹਾਂ ਕੌਫੀ। ਲਾਤੀ ਨੋ ਪਾਰਕਿੰਗ ਦੇ ਵਿੱਚ ਗੱਡੀ ਮਿੱਤਰੋ, ਕਿਉਂਕਿ ਪਾਰਕਿੰਗ ਮਿਲਣੀ ਸੌਖੀ ਨਹੀਂ ਜਿੱਥੇ ਮਿਲ ਗਈ। ਕੌਫੀ ਲੈ ਲਈਏ ਫਿਰ, ਬਿਨਾਂ ਚਾਹ ਕੌਫੀ ਦੇ ਕੁਛ ਫਿਰ ਗੱਲ ਚੱਲਦੀ ਨਹੀਂ ਨਾ, ਗੱਲ ਬਣਦੀ ਨਹੀਂ। ਕੌਫੀ ਲੈਂਦੇ ਹਾਂ ਅਤੇ ਪੀਂਦੇ ਹਾਂ, ਫਿਰ ਬਾਕੀ ਦਾ ਸਫ਼ਰ ਕਰਦੇ ਹਾਂ ਜਬਲ ਅਲੀ ਨੂੰ ਜਾਣ ਵਾਲਾ। ਕੌਫੀ ਲੈ ਲਈ ਆਪਾਂ ਅਤੇ ਚੱਲਦੇ ਜਬਲ ਅਲੀ, ਪੀਂਦੇ ਜਾਵਾਂਗੇ, ਟਾਈਮ ਪਾਸ ਹੋ ਜਾਂਦਾ ਵਾ, ਹੋਰ ਤਾਂ ਦੁਨੀਆ 'ਤੇ ਕੀ ਆ। ਗੱਡੀ ਦਾ ਆਪਣਾ ਦੂਜਾ ਘਰ ਆ ਯਾਰ, ਠੀਕ ਆ ਨਾ। ਕੌਫੀ ਘੈਂਟ ਹੈ, ਕੌਫੀ ਘੈਂਟ ਹੈ ਅਤੇ ਹੁਣ ਚੱਲਦੇ ਹਾਂ ਆਪਾਂ ਜਬਲ ਅਲੀ। ਬਾਕੀ ਇਹਦੇ ਉੱਥੇ ਕੀ ਕਰਨਾ, ਕੀ ਕਰਨਾ, ਬਹਿਣਾ ਹੀ ਆ, ਧਾਪਕਾ ਵੀ ਕਰਨਾ ਦੇਸੀ ਬੰਦੇ। ਜਬਲ ਅਲੀ ਏਰੀਏ 'ਚ ਪਹੁੰਚ ਗਏ, ਤੁਹਾਨੂੰ ਜਬਲ ਅਲੀ ਦਾ ਵੀ ਮਾਹੌਲ ਦਿਖਾ ਦਿੰਦੇ ਹਾਂ ਕਿੱਦਾਂ ਦਾ, ਇਹ ਵੀ ਇੱਕ ਪਾਰਟ ਆ ਦੁਬਈ ਦਾ। ਕੰਸਟਰਕਸ਼ਨ ਆਲ ਓਵਰ ਦੁਬਈ ਚੱਲਦੀ ਰਹਿੰਦੀ ਆ, ਨਿਊ ਨਿਊ ਰੋਡ ਬਣਦੇ ਰਹਿੰਦੇ, ਬਿਲਡਿੰਗਾਂ ਬਣਦੀਆਂ ਰਹਿੰਦੀਆਂ। ਇਹ ਬੈਰੀਕੇਡ ਦੇਖਣ ਨੂੰ ਮਿਲਦੀ ਹੈ ਜਗ੍ਹਾ ਜਗ੍ਹਾ।
आ गई नैसटो मार्केट पार्क ओ बैक साइड कच्ची पार्किंग अपना सलून हूँ वड्डी प्रॉब्लम पार्किंग लभनी इत्थे दुबई च यार बस यही मसला पार्किंग नहीं मिलती बंदा गड्डी साफ कर रहा शायद इन्हें जाना हो पुछ लैने जो पुछ लिया मैं क्या भाई जी जाना कहना नहीं जाना तुम इतने वेट करो होर गड्डी की पार्किंग सारी फुल हूँ वेट कर दें कोई गड्डी निकले फिर आप गड्डी लावे फिर सलून च जावे फाइनली गड्डी निकल गई ज़्यादा वेट करनी नहीं पी पांच मिनट च मिल गई अपन नैसटो के बाहर यदि बैक साइड अपना सलून आ पार्किंग तो फ्री ऑफ लगे सेल अगे नैसटो की बैक वो लगे सान अपना सिद्धू मूसे वाला एक बैठा बार मुंडा अपना चप्पल वाली तो मैं आ गया वापस एक्चुअली हजे आदत नहीं पई कैमरा रखन दी 24 घंटे उपर तो उत्थे जाके मैं काम च बिजी हो गया ब्लॉग बनाउणा ही भुल गया उत्थे दी एक्टिविटी का भी आपां कुछ बनाइए हुण वापस जांदे नूं गड्डी च याद आया कि आपां तां ब्लॉग सवेरे स्टार्ट कीता सी ते उह असीं भुल भी गए हुण याद आया तां नाल ही आपां कैमरा ऑन कर लिया यही एक्टिविटी होंगी है चार पाँच घंटे जबर ही लाया हूँ मैं चलिया पेट्रोल पंप से फ्यूल स्टेशन पवाली है पेट्रोल फ्यूल स्टेशन से रुकिया फ्यूल पवाने लई ये खांदी बहुत है ना खांदी की पींदी बहुत झूठी ये रोकती रहती है पेट्रोल स्टेशन दे दा जहे जहे इंजन उमे पींदी है बस हुण इदों बाद जाना घरे जाके फिर देखते हैं इफ्तारी तो बाद कुछ खास एक्टिविटी तो है नहीं सी जस्ट नॉर्मल रूटीन जबल अली गया देखिया काम शाम किदा वा हम वापस जावे घरे फिर हो जूगा अवतारी का टाइम अवतारी तो बाद देखते हैं कितने जा रहे हैं या घर ही कैश पेट्रोल हो गया फुल ते अपा निकल दिया फिर घर नूं कोई कुछ कितने रुकिया फिर कैमरा ऑन कर लाँगे नहीं रुकिया तो फिर हुण घर ही जाना वा रुकी एक्टिविटी है नहीं कि आप कैप्चर कर लिए ओके गाइस बस यार सानू तो शारजाला ट्रैफिक मार लेंदा जेडे टाइम मर्जी आओ शारजा वाले ना रोडां ते रहिंदे आ ट्रैफिक जाम सवेरे उधर नू जाओ तो दूजी साइड जाम शाम घर नू जाओ फिर ट्रैफिक जाम बंदा जावे तक जावे कित्थे ये शारजा वाला ट्रैफिक ना 15 मिनट दा राह डेढ़ घंटे च पूरा करना पैंदा जो भी शाह ट्रैफिक मिल गया
ਬਸ ਗੱਡੀ ਟਿੱਚਕ ਟਿੱਚਕ ਇੰਨੀ ਕੁ ਸਪੀਡ ਨਾਲ ਜਾਣੀ ਆ ਦੇਖ ਜਾਊਂਗੇ ਸਾਈਡ 'ਤੇ ਟਿੱਚਕ ਟਿੱਚਕ ਕਰਦੀਆਂ ਜਾਂਦੀਆਂ ਕੁਛ ਨਹੀਂ ਇੱਥੋਂ 10 ਮਿੰਟ ਨਹੀਂ ਲੱਗਣੇ ਘਰ ਪਹੁੰਚਣ ਨੂੰ ਪਰ ਇਹਨਾਂ ਨੇ ਘੰਟਾ ਲਵਾ ਦੇਣਾ ਇੰਨਾ ਟਰੈਫਿਕ ਇੰਨਾ ਟਰੈਫਿਕ ਕੀ ਕਰ ਸਕਦੇ ਹਾਂ ਟਰੈਫਿਕ ਹੀ ਫੋਲੋ ਕਰਨਾ ਪੈਣਾ ਘੰਟੇ 'ਚ ਹੀ ਜਾਣਾ ਪੈਣਾ ਕੋਈ ਆਪਸ਼ਨ ਨਹੀਂ ਰਹਿ ਜਾਂਦਾ ਕਿਉਂਕਿ ਹਰ ਰਾਹ ਚਾਰੇ ਪਾਸਿਓਂ ਇਸ ਟਾਈਮ ਬਲੌਕ ਹੋਊਗਾ ਸਾਰੇ ਲੋਕ ਘਰੇ ਜਾ ਰਹੇ ਆਪੋ ਆਪਣੇ ਅੱਗੇ ਪਿੱਚ ਲਾਉਂਦੇ ਹੈ ਨਾ ਸਡਨਲੀ ਆ ਕੇ ਪਿੱਚ ਬੜਾ ਗੁੱਸਾ ਚੜ੍ਹਦਾ ਬਸ ਗੁੱਸਾ ਪੀਣਾ ਹੀ ਪੈਂਦਾ ਘੁੱਟ ਸਬਰ ਦਾ ਭਰਨਾ ਹੀ ਪੈਂਦਾ ਉਹੀ ਗੱਲ ਸ਼ਾਰਜਾ ਵਾਲੇ ਟ੍ਰੈਫਿਕ ਨੇ 10 ਮਿੰਟ ਦਾ ਰਾਹ ਪੂਰਾ ਕਰਾਤਾ ਘੰਟੇ 'ਚ ਪਹੁੰਚ ਗਏ ਹੁਣ ਤਾਂ ਆਲਮੋਸਟ ਆਪਾਂ ਇੱਕ ਬਸ ਘਰ ਲਈ ਰਾਈਟ ਲੈਣਾ ਉਦੋਂ ਬਾਅਦ ਖਾ ਰਹੇ ਆਪਾਂ ਸੁਬਾਹ ਇੱਥੇ ਚੱਲਦੀ ਸੀ ਇਹ ਇੱਥੇ ਅਤੇ ਬੰਦੇ ਕਾਫੀ ਕੰਮ ਖਿੱਚੀ ਫਿਰਦੇ ਆ ਉਹ ਚਲੇ ਗਏ ਆਪਣੇ ਜੇ ਸੀ ਵੀ ਚੱਲਦੀ ਹੁੰਦੀ ਤਾਂ ਪਿੰਡ ਇਕੱਠਾ ਹੋ ਜਾਂਦਾ ਜੇ ਸੀ ਵੀ ਕੀ ਖੁਦਾਈ ਚਲੋ ਜੀ ਆ ਗਏ ਆਪਾਂ ਬਿਲਡਿੰਗ 'ਚ ਕਰੀਏ ਪਾਰਕ ਵਾਪਸ ਆ ਗਏ ਘਰੇ ਗੱਡੀ ਲਾ ਤੀ ਪਾਰਕ ਪਾਰਕਿੰਗ ਇੱਥੇ ਦੂਆ ਚੱਲਦੇ ਹਾਂ ਘਰੇ ਪੰਜ ਵੱਜ ਗਏ ਹਾਂ ਮੁੜ ਕੇ ਆ ਗਏ ਘਰੇ ਆਪਾਂ 6:30 ਦਾ ਟਾਈਮ ਲੈਣਾ ਵੈਸੇ ਮੈਂ ਤਾਂ ਇਸ ਵਾਰ ਰੱਖ ਨਹੀਂ ਰਿਹਾ ਰੋਜ਼ੇ ਮੈਡੀਸਨ ਚੱਲਦੀ ਤਾਂ ਬਾਕੀ ਇਹ ਤੋਂ ਬਾਅਦ ਜੇ ਕੋਈ ਐਕਟੀਵਿਟੀ ਹੋਈ ਫਿਰ ਆਪਾਂ ਬਲੌਗ ਰੈਗੂਲਰ ਰੱਖਾਂਗੇ ਨਹੀਂ ਤਾਂ ਇਸ ਤੋਂ ਬਾਅਦ ਇੱਥੇ ਹੀ ਆਪਾਂ ਫਿਨਿਸ਼ ਕਰਦੇ ਹਾਂ ਜੋ ਵੀ ਐਕਟੀਵਿਟੀ ਅੱਜ ਦੀ ਛੋਟੀ ਜੀ ਨਥਿੰਗ ਐਕਚੁਅਲੀ ਗਏ ਹਾਂ ਕੰਮ ਤੋਂ ਆਏ ਹਾਂ ਉਹ ਐਕਟੀਵਿਟੀ ਆਪਾਂ ਸ਼ੇਅਰ ਕਰਾਂਗੇ ਓਕੇ ਦੈਨ ਬਾਏ